ਗਾਂ ਦੇ ਪੱਖੋਂ ਵੱਲ ਰੋਡ 'ਤੇ ਨਿੱਜੀ ਰਿਜ਼ੋਰਟ 'ਚ ਚੱਲੀ ਗੋਲੀਆਂ ਤੋਂ ਬਾਅਦ ਵੀ ਵਿਆਹ ਦੇ ਰੀਤੀ ਰਿਵਾਜ਼ ਪੂਰੇ ਕੀਤੇ ਜਾ ਰਹੇ ਨੇ। ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ, ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਡੋਲੀ ਹੈ ਉਹ ਰਵਾਨਾ ਕੀਤੀ ਜਾ ਰਹੀ ਹੈ ਔਰ ਇਸੇ ਰਿਜ਼ੋਰਟ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਨੇ, 3 ਗੋਲੀਆਂ ਚੱਲੀਆਂ ਨੇ। ਇੱਕ ਸ਼ਖਸ ਜਿਹੜਾ ਵਾ ਘਾਇਲ ਹੋਇਆ ਵਾ ਔਰ ਉਸਨੂੰ ਨਿੱਜੀ ਹੋਸਪਿਟਲ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਵਾ। ਉਸ ਤੋਂ ਬਾਅਦ ਪੁਲਿਸ ਇੱਥੇ ਪਹੁੰਚਦੀ ਹੈ ਔਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਪੁਲਿਸ ਹੁਣ CCTV ਕੈਮਰੇ ਖੰਗਾਲ ਲਈ ਹੈ ਕਿ ਕਿਸ ਸ਼ਖਸ ਪੱਖੋਂ ਕਿਸ ਤਰੀਕੇ ਨਾਲ ਗੋਲੀ ਚਲਾਈ ਗਈ ਹੈ। ਕਿਹਾ ਜਾ ਰਿਹਾ ਵਾ ਕਿ DJ ਦੇ ਗਾਣਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਪਹਿਲਾਂ ਦੋ ਪੱਖਾਂ ਦੇ ਵਿੱਚ ਜਿਹੜੇ ਦੋ ਲੋਕ ਸੀਗੇ ਆਪਸ 'ਚ ਭਿੜਦੇ ਨੇ, ਆਪਸ 'ਚ ਬਹਿਸਬਾਜ਼ੀ ਕਰਦੇ ਨੇ ਅਤੇ ਉਸ ਤੋਂ ਬਾਅਦ ਇੱਕ ਸ਼ਖਸ ਪੱਖੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਹੜੀ ਕਿ ਦੂਸਰੇ ਸ਼ਖਸ ਦੇ ਉੱਤੇ ਗੋਲੀ ਲੱਗਦੀ ਹੈ। 3 ਫਾਇਰ ਕੀਤੇ ਜਾਂਦੇ ਨੇ, ਇੱਕ ਸ਼ਖਸ ਜਦੋਂ ਘਾਇਲ ਹੋ ਜਾਂਦਾ ਉਸਨੂੰ ਨਿੱਜੀ ਹੋਸਪਿਟਲ 'ਚ ਐਡਮਿਟ ਕਰਾ ਦਿੱਤਾ ਗਿਆ ਵਾ ਔਰ ਉਸ ਤੋਂ ਬਾਅਦ ਵੀ ਜਿਹੜੇ ਆ ਵਿਆਹ ਦੇ ਰੀਤੀ ਰਿਵਾਜ਼ ਪੂਰੇ ਕੀਤੇ ਜਾ ਰਹੇ ਨੇ ਔਰ ਪੁਲਿਸ ਦੂਜੇ ਪਾਸੇ ਇਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਨਾਂ ਤੋਂ ਰੋਹਿਤ ਗੌੜ, ਨਿਊਜ਼ 18। ਮਸਲਾ ਕੀ ਹੋਇਆ ਵੀਰੇ, ਥੋੜ੍ਹਾ ਦੱਸੋਗੇ? ਮਸਲਾ ਯਾਰ, ਗੋਲੀ ਚੱਲ ਗਈ ਯਾਰ, ਉਰੇ ਮੁੰਡੇ ਨੇ ਗੋਲੀ ਮਾਰੀ ਯਾਰ। ਹਾਂਜੀ ਲੱਗੀ ਵੀਰੇ, ਉਹ ਸਿਵਲ ਹਸਪੀਟਲ 'ਚ ਗਿਆ ਹੋਇਆ ਮੁੰਡਾ ਯਾਰ, ਜ਼ਖਮੀ ਹੈ। ਜ਼ਖਮੀ ਆ ਹਾਂਜੀ, ਦਿਲ 'ਤੇ ਗੋਲੀ ਲੱਗੀ ਆ। ਕੀ ਮਸਲਾ ਕੀ ਹੋਇਆ ਸੀ? ਮਸਲਾ ਨੱਚਦੇ ਸੀਗੇ ਵੀਰੇ ਯਾਰ, ਨੱਚਦੇ ਨੱਚਦੇ ਕਿਸੇ ਨੇ ਫਾਇਰ ਕੱਢੇ, 3 ਫਾਇਰ ਹੋਏ ਨੇ ਜੀ। 3 ਫਾਇਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ 'ਤੇ ਲੱਗੀ ਹੈ ਵੀਰੇ, ਖਹਿ ਕੇ ਨੰਗੀ ਆ ਨਾਲ ਦਿਲ ਦੇ, ਕੋਈ ਸਰ ਨਾਲ ਨਹੀਂ ਲੱਗਿਆ। ਹਾਂ ਨਾਲ ਖਹਿ ਕੇ ਨੰਗੀ ਹੈ ਵੀਰੇ ਦਿਲ ਦੇ। ਫਾਇਰ ਵੀਰੇ ਨੱਚਦੇ ਸੀ ਮੁੰਡੇ, ਹਲੇ CCTV ਚੈੱਕ ਕਰਦੇ ਨੇਗੇ, ਹਲੇ ਪਤਾ ਨਹੀਂ ਲੱਗਿਆ ਵੀ ਫਾਇਰ ਕਿੰਨਾ ਵੱਲੀਓ ਹੋਏ ਨੇ। ਹੁਣ ਪੁਲਿਸ ਆਈ ਹੈ? ਹਾਂਜੀ ਪੁਲਿਸ ਅੰਦਰ ਆਈ। ਕਹਿ ਵੀ ਜਾ ਰਿਹਾ ਕੁਛ ਆਪਸੀ ਰੰਜਿਸ਼ ਝੜਪੂ ਹੋਈ ਹੈ ਕੋਈ? ਮਾੜੀ ਮੋਟੀ ਹੋਈ ਆ ਵੀਰੇ, ਪਰ ਫਾਇਰ ਪਹਿਲਾਂ ਹੋਏ ਨੇ, ਫੇਰ ਹੋਇਆ ਕੰਮ, 3 ਫਾਇਰ ਹੋਏ ਨੇ। ਕਿਸ ਚੀਜ਼ ਨੂੰ ਲੈ ਕੇ ਹੋਈ ਆ? ਗਾਣਿਆਂ ਪਿੱਛੇ ਹੋਈ ਆ ਵੀਰੇ ਯਾਰ। ਅੱਛਾ ਹਾਂ, ਆਪਸ ਚ ਜਿਹੜੇ ਮੁੰਡੇ ਵਾਲੇ ਸੀ ਕੁੜੀ ਵਾਲੇ ਸੀਗੇ? ਮੁੰਡੇ ਵਾਲੇ ਸੀਗੇ ਵੀਰੇ ਯਾਰ। ਆਪਸ ਚ ਕਿੰਨੇ ਮੁੰਡੇ ਸੀ ਜਿਨ੍ਹਾਂ ਦੀ ਝੜਪ ਹੋਈ ਆ? ਝੜਪ ਵੀਰੇ ਹੋਣਗੇ 7-8 ਹੋਣਗੇ ਬਸ, ਇੰਨੇ ਕੀ ਹੋਣਗੇ। ਉਹਨਾਂ ਡਰਿੰਕ ਪੀਤੀ ਹੋਈ ਸੀਗੀ? ਪਤਾ ਨਹੀਂ ਯਾਰ, ਪੀਤੀ ਹੋਈ ਸੀ ਵੀਰੇ? ਨਹੀਂ ਪੀਤੀ, ਕਿਸੇ ਜਿਹਨੇ ਫਾਇਰ ਕੀਤੀ ਆ, ਡਰਿੰਕ ਕੀਤੀ ਆ, ਉਹਦੀ ਪੀਤੀ ਹੋਈ ਸੀ। ਠੀਕ ਹੈ, ਕਿੰਨੇ ਫਾਇਰ ਕੀਤੇ ਉਹਨੇ? 3 ਫਾਇਰ ਹੋਏ ਨੇ ਵੀਰੇ। ਬਰਾਤ ਕਿੱਥੋਂ? ਕਿਸੇ ਲੱਗੀ ਵੀ ਆ? ਹਾਂਜੀ ਵੀਰੇ ਲੱਗੀ ਆ, ਮੁੰਡਾ ਸਿਵਲ ਹਸਪੀਟਲ 'ਚ ਗਿਆ ਹੋਇਆ। ਕਿੰਨੇ ਜਣੇ ਦੀ ਲੱਗੀ ਆ? ਇੱਕ ਜਣੇ ਦੀ ਲੱਗੀ ਆ ਵੀਰੇ, 3 ਫਾਇਰ ਹੋਏ ਨੇ। ਤਿੰਨੋ ਗੋਲੀਆਂ ਉਹਦੇ ਲੱਗੀਆਂ ਮੈਂ? ਨਹੀਂ ਨਹੀਂ, ਇੱਕ ਗੋਲੀ ਲੱਗੀ ਆ। ਠੀਕ ਹੈ, ਦੋ ਫਾਇਰ ਉੱਤੇ ਹੋਏ ਨੇ, ਇੱਕ ਗੋਲੀ ਤੁਹਾਡੇ ਕੀ ਲੱਗਦੇ? ਆਪਣਾ ਭਰਾ ਹੀ ਸੀ ਵੀਰੇ। ਤੇ ਹੁਣ ਬਾਹਰ ਨਹੀਂ ਆਉਂਦੇ? ਨਹੀਂ, ਪੁਲਿਸ ਅੰਦਰ ਕਰਦੀ ਆ ਆਪਦੀ ਕਾਰਵਾਈ। ਜਿਹਦੇ ਲੱਗੀ ਹੋਵੇ ਉਹਦਾ ਕੀ ਨਾਮ ਹੈ? ਉਹਦਾ ਨਾਮ ਵਿੱਕੀ ਆ ਵੀਰੇ। ਠੀਕ ਹੈ, ਹਾਂਜੀ। ਕੀ ਇੱਥੇ ਸ਼ਾਦੀ ਮੱਕੀ ਮੁੰਡਿਆਂ ਵੱਲੋਂ ਸੀ? ਹਾਂਜੀ ਹਾਂਜੀ, ਮੁੰਡਿਆਂ ਵਾਲਿਆਂ ਵੱਲੋਂ ਸੀਗੇ ਵੀਰੇ। ਠੀਕ ਹੈ, ਹਾਂ। ਤੇ ਪਹਿਲਾਂ ਝੜਪ ਹੋਈ ਆ? ਹਾਂ, ਝੜਪ ਹੋਈ। ਜਿੰਨੇ ਗੋਲੀ ਚਲਾਈ? ਨਹੀਂ, ਪਹਿਲਾਂ ਫਾਇਰ ਹੋਇਆ ਗਾਣੇ ਲਾਉਣ ਤੋਂ ਪਹਿਲਾਂ, ਜਾਨੀ ਕਹਿਣ ਦਾ ਮਤਲਬ ਵੀ ਜਦੋਂ ਗਾਣਾ ਲਾਉਣ ਗਏ ਉਹਨਾਂ ਨੇ ਜਾਨਸਾਰ ਫਾਇਰ ਕਰਤਾ ਬਾਈ, ਉਹ ਫਾਇਰ ਸਿੱਧਾ ਸਾਥੀ 'ਚ ਲੱਗਿਆ ਬਾਈ। ਜਿੰਨੇ ਗੋਲੀ ਮਾਰੀ ਹੈ, ਜਿੰਨੇ ਵੱਜੀ ਹੈ, ਦੋਨੇ ਇੱਕ ਦੋ ਜਣ ਜਾਣਦੇ ਆ? ਨਹੀਂ ਨਹੀਂ, ਕੋਈ ਜਾਣਦੇ ਨਹੀਂ ਵੀਰੇ, ਕੁਛ ਨਹੀਂ ਹੈਗਾ, ਕੋਈ ਲੈਣ ਦੇ ਨਹੀਂ, ਕੁਛ ਨਹੀਂ ਪਤਾ। ਬਰਾਤ ਨਹੀਂ ਪਤਾ ਯਾਰ ਜੀ। ਕਿੱਥੋਂ ਬਰਾਤ ਆਈ? ਕਿੱਥੋਂ? ਲਿੱਤਰਾਂ ਪਿੰਡ ਤੋਂ ਆਈ। ਠੀਕ ਹੈ, ਇਹ ਕਿੱਧਰਲੇ ਪਾਸੇ ਪੈਂਦਾ, ਕਿਹੜੇ? ਨਹੀਂ ਯਾਰ, ਇਹ ਪੱਖੜ ਦੇ ਕੋਲੇ ਆਈ। ਦੇਖੋ ਜੀ, ਇਹ ਸ਼ਹੀਦ ਭਗਤ ਸਿੰਘ ਨਗਰ ਚੌਂਕੀ PS ਦੁਗਰੀ ਦਾ ਏਰੀਆ ਹੈਗਾ, ਐਲੀਗ੍ਰੀਨ ਰਿਜ਼ੋਰਟ ਆ। ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ, ਫਾਇਰਿੰਗ ਹੋਈ ਹੈ, ਇੱਕ ਬੰਦੇ ਲੱਗੀ, ਇੱਕ ਬੰਦਾ ਮਜਰੂਬ ਹੈਗਾ, ਸਟੇਟਸ ਆਊਟ ਆਫ ਡੇਂਜਰ ਹੈਗਾ ਉਹ। ਅਤੇ ਜਿਹੜੇ ਬੰਦੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਰਾਊਂਡ ਅਪ ਕਰ ਲਿਆ ਅਤੇ ਅਗਲੀ ਕਾਰਵਾਈ ਕਰਦੇ ਹਾਂ। ਸਰ, ਕਿਹਾ ਜਾ ਰਿਹਾ 5-6 ਬੰਦੇ ਜਿਹੜੇ ਆਪਣੇ ਰਾਊਂਡ ਅਪ ਕੀਤੇ ਗਏ? ਹਾਂਜੀ, ਰਾਊਂਡ ਅਪ ਕੀਤੇ ਨੇ ਜੀ ਬੰਦੇ, ਸਾਰਿਆਂ ਦਾ ਅਸੀਂ ਮੁਲਾਜ਼ਾ ਵੀ ਕਰਾਵਾਂਗੇ, ਕੋਈ ਨਸ਼ੇ ਦੇ ਇਨਫਲੂਐਂਸ ਦੇ ਵਿੱਚ ਵੀ ਹੋ ਸਕਦਾ ਅਤੇ ਅਦਰਵਾਈਜ਼ ਕੋਈ ਵਜ੍ਹਾ ਰੰਜਿਸ਼ ਹੈ ਤਾਂ ਉਹ ਵੀ ਅਸਰਟਨ ਕਰਾਂਗੇ। ਸਰ, ਕਿਤੇ ਨਾ ਕਿਤੇ ਕੀ ਨਿਕਲ ਕੇ ਆਇਆ ਬੇਸਿਕਲੀ? ਇਹ ਦੇਖਦੇ ਹਾਂ ਜੀ, ਇਨਵੈਸਟੀਗੇਸ਼ਨ ਕਰਦੇ ਹਾਂ ਜੀ।
ਉਹਦਾ ਨਾਮ ਜੀ ਗੁਰਸੇਵਕ ਸਿੰਘ ਆ ਜੀ, ਪਿੰਡ ਛਪਾਰ ਹੈ, ਜੋ ਮੁੱਢਲੀ ਜਾਣਕਾਰੀ ਹੈ। ਕੁੜੀਆਂ ਨੇ ਨਾ ਮੁੰਡਿਆਂ ਨੇ ਉਹ ਖਤਰੇ ਤੋਂ ਬਾਹਰ ਹੈ ਜੀ, ਤੇ ਦੇਖਦੇ ਹਾਂ ਕਿ ਵੀ ਕਿਹੜੇ ਪਾਸੇ ਹੋ। ਹਾਂਜੀ ਮੁੱਢਲੀ ਜਾਣਕਾਰੀ ਇਹੀ ਹੈ, ਬਾਕੀ ਸਰਟਨ ਕਰਦੇ ਹਾਂ ਕਿ ਵੀ ਡੀਜੇ ਦੇ ਗਾਣੇ ਚਲਾਉਣ ਲੱਗ ਕੇ ਝੜਪ ਹੋਈ ਹੈ, ਤੇ ਬਾਕੀ ਸਰਟਨ ਕਰਦੇ ਹਾਂ। ਸਰ ਕਿਤੇ ਨਾ ਕਿਤੇ ਪੈਲਸਾਂ ਦੇ ਵਿੱਚ ਹਥਿਆਰ ਬੈਨ ਆ, ਤਾਂ ਕੀ ਬਿਲਕੁਲ ਜੀ, ਜਿਹੜੇ ਵੀ ਪੈਲਸ ਮਾਲਕ ਨੇਗੇ ਉਹਨਾਂ ਨੂੰ ਮੇਰੀ ਅਪੀਲ ਵੀ ਹੈ, ਤਾਕੀਦ ਵੀ ਹੈ, ਵਿਆਹਾਂ ਦਾ ਸੀਜ਼ਨ ਹੈ, ਉਹ ਆਪਣੀਆਂ ਜਿਹੜੇ ਪ੍ਰੈਮਿਸਿਸ ਨੇ ਉਹਦੇ ਵਿੱਚ ਪ੍ਰੋਮੀਨੈਂਟਲੀ ਡਿਸਪਲੇ ਕਰਨ ਕਿ ਵੀ ਹਥਿਆਰਾਂ ਦਾ ਬੈਨ ਹੈ, ਐਂਟਰੀ ਜਿਹੜੀ ਹੈਗੀ ਹੈ ਬੈਨ ਹੈਗੀ, ਅੰਦਰ ਲੈ ਕੇ ਆਉਣੀ, ਸੈਲੀਬ੍ਰੇਟਰੀ ਫਾਇਰਿੰਗ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਹੈ, ਤਾਂ ਜੋ ਭਵਿੱਖ ਵਿੱਚ ਇੱਦਾਂ ਦੇ ਜਿਹੜੀਆਂ ਘਟਨਾਵਾਂ ਨੂੰ ਉਹਦਾ ਬਚਿਆ ਜਾ ਸਕੇ। ਸਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਉੱਤੇ ਐਕਸ਼ਨ ਤਾਂ ਹੋ ਹੀ ਗਿਆ ਵਾ? ਬਿਲਕੁਲ ਹੋਏਗਾ ਜੀ, ਸਖ਼ਤ ਐਕਸ਼ਨ ਕਰਾਂਗੇ। ਅਤੇ ਲੋਕਾਂ ਨੂੰ ਕੀ ਅਪੀਲ ਹੈ ਕਿ ਇੱਦਾਂ ਹਥਿਆਰ ਲੈ ਕੇ ਨਾ? ਦੇਖੋ ਜੀ, ਰੰਗ 'ਚ ਭੰਗ ਪਾਉਣ ਵਾਲਾ ਕੰਮ ਹੈ, ਲੋਕਾਂ ਨੂੰ ਇਹੀ ਅਪੀਲ ਹੈ ਕਿ ਵੀ ਖੁਸ਼ੀ ਜਿਹੜੀ ਆਪਣੀ ਤਰੀਕੇ ਦੇ ਨਾਲ ਮਨਾਉਣ, ਅਤੇ ਇੱਦਾਂ ਦਾ ਕੰਮ ਨਾ ਕਰਨ, ਕਾਨੂੰਨ ਨੂੰ ਹੱਥ 'ਚ ਨਾ ਲੈਣ, ਨਹੀਂ ਫਿਰ ਸਖ਼ਤ ਕਾਰਵਾਈ ਕੀਤੀ ਜਾਊ।